ਸਿੰਘ ਨੇ ਹਥਿਆਰ ਇੱਕ ਆਮ ਲੋਕਾਂ ਲਈ ਚੱਕੇ ਸੀ ਜਾਂ ਕਿਸੇ ਨੇ ਵੀ ਹਥਿਆਰ ਜੇ ਚੱਕਿਆ ਜ਼ਿੰਦਗੀ 'ਚ ਤਾਂ ਉਹ ਆਮ ਲੋਕਾਂ ਨੂੰ ਡਰਾਉਣ ਲਈ ਨਹੀਂ ਜਦੋਂ ਬੰਦੇ ਨੂੰ ਇੰਨਾ ਦਬਾਇਆ ਜਾਂਦਾ ਹੈ ਨਾ ਇੰਨਾ ਉਸ 'ਤੇ ਇਸ ਲਾਈਨ 'ਚ ਆ ਗਏ ਤਾਂ ਬਾਅਦ 'ਚ ਪਰਿਵਾਰਾਂ ਦਾ ਕੀ ਹਾਲ ਹੁੰਦਾ ਉਹ ਜਦੋਂ ਗੱਬਰ ਬਾਈ ਨਾਲ ਮੈਂ ਗੱਲ ਕਰਦਾ ਨਾ ਕਹਿੰਦਾ ਬਾਈ ਉਹ ਵੈਟ ਪੰਜਾਬ ਹੈ ਅਸੀਂ ਉਹ ਚੀਜ਼ ਦਿਖਾਈ ਅਸੀਂ ਗੈਂਗਸਟਰ ਨੂੰ ਐਂ ਨਹੀਂ ਦਿਖਾਦਾ ਵੀ ਉਹ ਹੀਰੋ ਆ ਬੁਰਾ ਮਤਲਬ ਕਹਿ ਲਓ ਕਿ ਮਾਤਮ ਜੇ ਸਭ ਘਰਾਂ 'ਚ ਪੈ ਗਿਆ ਸੀ ਉਹ ਤਾਂ ਹਾਂ ਹਾਂ ਸਾਰਿਆਂ ਦੇ ਇੱਦਾਂ ਲੱਗਾ ਸੀ ਕੋਈ ਆਪਣਾ ਚੱਲ ਗਿਆ ਮਤਲਬ ਯਾਰ ਸਿੱਧੂ ਮਤਲਬ ਯਾਰ ਇੱਕ ਉਹ ਇਨਸਾਨ ਸੀ ਜਿਹੜਾ ਮਤਲਬ ਕਹਿ ਲਓ ਕਿ ਆਪਣਾ ਲੱਗਦਾ ਸੀ ਨਾ ਜੇ ਕਿਸੇ ਨੂੰ ਹੁਣ ਹਥਿਆਰ ਦੀ ਜੱਚ ਰਹੇ ਨੇ ਤਾਂ ਉਹ ਹਥਿਆਰ ਹੀ ਦੇਖੂਗਾ ਜੇ ਕਿਸੇ ਨੂੰ ਕਿਸੇ ਕਹਾਣੀ 'ਚ ਉਹਦੀ ਮਾਂ ਉਹਦੇ ਕਰੈਕਟਰ ਦੀ ਮਾਂ ਅਤੇ ਪੁੱਤ ਦਾ ਰਿਸ਼ਤਾ ਦਿਖ ਰਿਹਾ ਹੈ ਉਹ ਪੰਜਾਬ ਪ੍ਰਤੀ ਦਰਦ ਦਿਖ ਰਿਹਾ ਤਾਂ ਉਹ ਦੇਖੂਗਾ ਨਾ ਜਿਹਦੇ ਅੰਦਰ ਹੈ ਹੀ ਨਹੀਂ ਉਹ ਚੀਜ਼ਾਂ ਜੇ ਸ਼ੁਰੂ ਤੋਂ ਉਹਨੇ ਸੋਚ ਕੇ ਉਹ ਚੀਜ਼ ਹੋ ਗਿਆ ਤਾਂ ਉਹਨੂੰ ਉਹੀ ਮਿਲੂਗੀ ਅਤੇ ਮਤਲਬ ਬਾਈ ਬਾਈ ਘੁਮਾਉਣਾ ਹੈ ਇੱਦਾਂ ਕਰਨਾ ਹੈ ਪਰ ਫਿਰ ਵਕਤ ਦੇ ਨਾਲ ਪਤਾ ਲੱਗਦਾ ਹੈ ਕਿ ਬਾਈ ਬਾਈ ਕਹਾਉਣਾ ਸੌਖਾ ਹੈ ਬਹੁਤ ਚੀਜ਼ਾਂ ਕੀਤੀਆਂ ਟਿਊਸ਼ਨ ਪੜ੍ਹਾਉਂਦਾ ਸੀ ਬੱਚਿਆਂ ਨੂੰ ਅੱਛਾ ਐਸ ਐਸ ਸੀ ਦੀ ਕੋਚਿੰਗ ਲੈਂਦਾ ਸੀਗਾ ਫੌਜ ਦੀ ਭਰਤੀ ਦੀ ਤਿਆਰੀ ਕਰਦਾ ਸੀ ਆਰਮੀ ਪੁਲਿਸ ਦੀ ਤਿਆਰੀ ਕਰਦਾ ਸੀਗਾ ਹੋਰ ਕਿੰਨਾ ਕੁਛ ਕੀਤਾ ਬਿਜ਼ਨਸ ਟਰਾਈ ਕੀਤਾ ਮੈਂ ਦੱਸਦਾ ਨਹੀਂ ਹੁੰਦਾ ਬਹੁਤ ਚੀਜ਼ਾਂ ਕੀਤੀਆਂ ਬਹੁਤ ਸਟਰਗਲ ਰਿਹਾ ਜ਼ਿੰਦਗੀ 'ਚ ਕੁਛ ਵੀ ਦੋਸਤੋ ਪੰਜਾਬੀ ਟੇਸ਼ਨ 'ਤੇ ਤੁਸੀਂ ਜੁੜੇ ਹੋ ਅਤੇ ਤੁਹਾਡਾ ਬਹੁਤ ਸਵਾਗਤ ਆ ਅਤੇ ਅੱਜ ਇੱਕ ਨਾ ਬਹੁਤ ਹੀ ਆਪਾਂ ਕਮਾਲ ਦੀ ਅਤੇ ਖੂਬਸੂਰਤ ਜੀ ਫਿਲਮ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਫਿਲਮ ਦਾ ਨਾਮ ਹੈ ਵਾਈਟ ਪੰਜਾਬ ਵਾਈਟ ਪੰਜਾਬ ਤੋਂ ਆਪਾਂ ਟ੍ਰੇਲਰ ਆਪਾਂ ਸਾਰਿਆਂ ਨੇ ਵੇਖ ਲਿਆ ਇੱਕ ਨਹੀਂ ਕਈ ਵਾਰੀ ਟ੍ਰੇਲਰ ਵੇਖ ਲਿਆ ਔਰ ਟ੍ਰੇਲਰ ਵੇਖਣ ਤੋਂ ਬਾਅਦ ਸਾਡੀ ਫੀਲਿੰਗ ਆਵੇ ਨਾ ਬੜੀ ਉਤਸ਼ਾਹ ਅਤੇ ਬੜਾ ਚਾਅ ਸਾਨੂੰ ਫਿਲਮ ਵੇਖਣ ਦਾ ਔਰ ਪਿਛਲੇ ਸਟਾਰ ਕਾਸਟਾਂ ਨਾਲ ਵੀ ਸਾਡੀ ਜਿਹੜੀ ਅਦਾਕਾਰੀ ਨਿਭਾ ਰਹੇ ਨੇ ਉਹਨਾਂ ਨਾਲ ਬੜਾ ਚਾਅ ਉਹਨਾਂ ਨਾਲ ਗੱਲਬਾਤ ਕਰਨ ਦਾ ਇੰਦਰਜੀਤ ਬਾਈ ਸਾਡੇ ਨਾਲ ਮੌਜੂਦ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕਿੱਦਾਂ ਵੀਰੇ ਚੜ੍ਹਦੀ ਕਲਾ 'ਚ ਜੀ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ 'ਚ ਤੁਸੀਂ ਦੱਸੋ ਥੈਂਕ ਯੂ ਵੀਰੇ ਤੁਹਾਨੂੰ ਵੇਖ ਕੇ ਨਾ ਚਾਅ ਜਿਹਾ ਚੜ੍ਹਦਾ ਵੀ ਜਦੋਂ ਪਤਾ ਕੀ ਹੈ ਵੀਰੇ ਨਾ ਤੁਹਾਨੂੰ ਵੇਖ ਕੇ ਆਪਣਾ ਬਣ ਜਿਹਾ ਫੀਲ ਲੱਗਦਾ ਸੇਫ ਸੇਫ ਜਿਹਾ ਮਹਿਸੂਸ ਹੁੰਦਾ ਹੈ ਨਾ ਥੈਂਕ ਯੂ ਵੀਰੇ ਮੈਨੂੰ ਹੁੰਦਾ ਕਿ ਬਾਈ ਨਾਲ ਕੋਈ ਟੈਨਸ਼ਨ ਨਹੀਂ ਕੁਛ ਨਹੀਂ ਪਤਾ ਜੋ ਮਰਜ਼ੀ ਪੁੱਛੇ ਚੱਕਰ ਕੋਈ ਨਹੀਂ ਚੱਕਰ ਪਤਾ ਕੀ ਹੈ ਵੀਰੇ ਆਪਾਂ ਨਾ ਜਦੋਂ ਮੈਂ ਪਹਿਲੀ ਵਾਰੀ ਆਪਣਾ ਇੰਟਰਵਿਊ ਕੀਤੀ ਸੀਗੀ ਯਾਦ ਚੱਲੇ ਵਾਰ ਦੀ ਜੀ ਖਾਣੀ ਦਾ ਇਹ ਚੱਕਰ ਆ ਕਿ ਆਪਾਂ ਉਦੋਂ ਤੋਂ ਜੁੜੇ ਹੋਏ ਹਾਂ ਹਾਂ ਉਸ ਤੋਂ ਬਾਅਦ ਆਪਣੇ ਕਈ ਮੁਲਾਕਾਤਾਂ ਵੀ ਹੋਈਆਂ ਇੰਟਰਵਿਊ ਵੀ ਕੀਤੀਆਂ ਨੇ ਆਪਾਂ ਪ੍ਰੋਜੈਕਟਾਂ ਬਾਰੇ ਵੀ ਗੱਲਬਾਤ ਹੁੰਦੀ ਰਹਿੰਦੀ ਆ ਇਹੀ ਮੈਨੂੰ ਲੱਗਦਾ ਇੱਕ ਨਾ ਪਿਆਰ ਕਰਨ ਦਾ ਵੀ ਉਹ ਹੈਗਾ ਤੇ ਅੰਦਰੋਂ ਹੁੰਦੀ ਆ ਅੰਦਰੋਂ ਵਾਈਬ ਮਿਲ ਜਾਂਦੀ ਆ ਵੀ ਹਾਂ ਵੀ ਭਰਾ ਜੁੜੇ ਪਰ ਬਾਈ ਚ ਜਮਾ ਵੀਰੇ ਤੁਹਾਡੇ ਚ 1% ਵੀ ਮੈਨੂੰ ਚੇਂਜ ਨਹੀਂ ਲੱਗਿਆ ਹਾਲਾਂਕਿ ਬਹੁਤ ਤੁਸੀਂ ਵੱਡੇ ਪ੍ਰੋਜੈਕਟ ਵੀ ਕਰ ਲਏ ਹਨ ਫਿਲਮਾਂ ਵੀ ਕੀਤੀਆਂ ਨੇ ਗਾਣੇ ਵੀ ਕਰ ਲਏ ਸੀਰੀਅਲ ਵੀ ਕਰ ਰਹੇ ਹੋ ਵੱਡੇ ਪਰ ਮੈਨੂੰ ਇਹ ਨਹੀਂ ਲੱਗਿਆ ਵੀ ਇੰਦਰਜੀਤ ਬਾਈ ਹੋਣਾ ਥੋੜਾ ਬਹੁਤ ਵੀ ਚੇਂਜ ਆਇਆ ਹੋਵੇ ਉਹ ਬਸ ਯਾਰ ਉਹਦਾ ਕਾਰਨ ਇਹ ਹੈ ਕਿ ਤਾਂ ਸੰਸਕਾਰ ਬਹੁਤ ਮੈਟਰ ਕਰਦੇ ਨੇ ਘਰਦਿਆਂ ਨੇ ਕੀ ਪਰਵਰਿਸ਼ ਦਿੱਤੀ ਹੈ ਤੁਹਾਨੂੰ ਤੇ ਤੁਸੀਂ ਕਿਸ ਬੰਦੇ ਨਾਲ ਕੰਮ ਕਰ ਰਹੇ ਹੋ ਜਿਵੇਂ ਯਾਰ ਚੱਲੇ ਬਾਹਰ ਸ਼ੁਰੂ ਕੀਤੀ ਸੀ ਰੈਬੀ ਬਾਈ ਨਾਲ ਮੈਂ ਜਦੋਂ ਉਸ ਬੰਦੇ ਨੂੰ ਦੇਖਿਆ ਕਿ ਜਿੰਨਾ ਉਹ ਟੈਲੈਂਟਡ ਹੈਗਾ ਹੈ ਜਿੰਨਾ ਉਹਦੇ ਕੋਲ ਕ੍ਰਾਫਟ ਹੈ ਉਸ ਬੰਦੇ ਨੂੰ ਕਦੇ ਅਹਿਸਾਸ ਉਹ ਹੈ ਹੀ ਨਹੀਂ ਉਹਨੂੰ ਮਤਲਬ ਚਾਹੀਦਾ ਵੀ ਨਹੀਂ ਹੋਣਾ ਬੰਦੇ ਅੰਦਰ ਬਿਲਕੁਲ ਤੇ ਫਿਰ ਗੱਬਰ ਬਾਈ ਹੈ ਹੁਣ ਜਿੰਨਾ ਵੱਡਾ ਨਾਮ ਹੈ ਜਿੰਨਾ ਉਹਦੇ ਕੋਲ ਗਿਆਨ ਹੈ ਉਹਦੇ ਕੋਲ ਇੰਨਾ ਸਮਝਦਾਰ ਇਨਸਾਨ ਹੈ ਹਰ ਚੀਜ਼ 'ਚ ਅੱਗੇ ਹੈ ਨਾ ਪਰ ਤਾਂ ਵੀ ਬੰਦਾ ਨਾ ਮਿਲਦੇ ਹੋ ਇੰਨਾ ਪਿਆਰ ਨਾਲ ਮਿਲਦਾ ਹੈ ਕਦੇ ਉਹ ਮਹਿਸੂਸ ਨਹੀਂ ਹੋਣ ਦਿੰਦਾ ਕਿਸੇ ਨੂੰ ਵੀ ਕੀ ਹੈ ਨਾ ਚਾਹੇ ਉਹ ਆਪਣੇ ਤੋਂ ਕਿਸੇ ਘੱਟ ਨੌਲੇਜਬਲ ਬੰਦੇ ਨੂੰ ਮਿਲੇ ਵਾਧੇ ਨੂੰ ਮਿਲੇ ਸਭ ਨੂੰ ਉਸ ਤਰ੍ਹਾਂ ਹੋ ਕੇ ਮਿਲ ਜਾਂਦਾ ਬਿਲਕੁਲ ਬਿਲਕੁਲ ਹਾਂ ਇਹ ਓਬਜ਼ਰਵੇਸ਼ਨ ਹੈ ਬਾਕੀ ਘਰਦਿਆਂ ਨੂੰ ਦੱਸਿਆ ਹੋਇਆ ਕਿ ਹਮੇਸ਼ਾ ਧਰਤੀ ਨਾਲ ਜੁੜੇ ਰਹੋ ਮੇਰੀ ਕਿਸਮਤ ਹੈ ਬਾਈ ਮੈਂ ਦੱਸਾਂ ਤੁਹਾਨੂੰ ਕਿ ਵਾਈਟ ਪੰਜਾਬ ਦਾ ਮਿਲਣਾ ਇਹਦਾ ਹਿੱਸਾ ਬਣਨਾ ਇਹਦੇ ਕੋ ਐਕਟਰਸ ਨਾਲ ਪਰਫੋਰਮ ਕਰਨਾ ਡਾਇਰੈਕਟਰ ਦੇ ਅੰਡਰ ਇਹਦੀ ਰਾਈਟਿੰਗ ਦਾ ਹਿੱਸਾ ਬਣਨਾ ਉਹ ਬਹੁਤ ਡੂੰਘੀ ਚੀਜ਼ਾਂ ਨੇ ਬਹੁਤ ਗਹਿਰੀ ਦੇਖੋ ਕਮਰਸ਼ੀਅਲ ਚੀਜ਼ਾਂ ਨੂੰ ਸਾਈਡ ਰੱਖੀ ਉਹ ਤਾਂ ਬਾਅਦ ਦੀ ਗੱਲਾਂ ਹੁੰਦੀਆਂ ਨੇ ਮੈਨੂੰ ਨਹੀਂ ਪਤਾ ਕੀ ਹੁੰਦੀਆਂ ਚੀਜ਼ਾਂ ਇਹ ਨਵਾਂ ਆਇਆ ਇਹਨਾਂ ਚੀਜ਼ਾਂ 'ਚ ਪਰ ਇੱਕ ਪ੍ਰੋਜੈਕਟ ਇੱਕ ਕਹਾਣੀ ਦਾ ਮੈਨੂੰ ਪਤਾ ਹੁੰਦਾ ਹੈ ਨਾ ਉਹ ਬਚਪਨ 'ਚ ਜਦੋਂ ਥੀਏਟਰ ਤੋਂ ਜੁੜੇ ਸੀ ਉਦੋਂ ਤੋਂ ਹੀ ਮੇਰਾ ਲਗਾਵ ਕਹਾਣੀਆਂ ਨਾਲ ਸੀਗਾ ਕਹਾਣੀਆਂ ਪੜ੍ਹਨੀਆਂ ਕਹਾਣੀਆਂ ਸੁਣਨੀਆਂ ਕਹਾਣੀਆਂ ਨੂੰ ਇੰਜੋਏ ਕਰਨਾ ਪਲੇ ਕਰਨਾ ਸਕੂਲ 'ਚ ਜਦੋਂ ਕਿਤਾਬਾਂ ਨਵੀਆਂ ਮਿਲਦੀਆਂ ਸੀ ਮੈਂ ਕੋਈ ਮੈਥ ਸਾਇੰਸ ਦੀ ਕਦੇ ਕਿਤਾਬ ਨਹੀਂ ਪੜ੍ਹੀ ਸਭ ਤੋਂ ਪਹਿਲਾਂ ਨਵੀਂ ਕਿਤਾਬਾਂ ਪੰਜਾਬੀ ਹਿੰਦੀ ਚੱਕਦਾ ਸੀ ਉਹਨਾਂ ਦੀ ਕਹਾਣੀਆਂ ਪੜ੍ਹ ਲੈਂਦਾ ਸੀ ਉਹ ਲਗਾਵ ਸੀ ਜਦੋਂ ਵਾਈਟ ਪੰਜਾਬ ਸੁਣੀ ਬਾਈ ਕੋਲੋਂ ਤੇ ਇਹਦੀ ਕਹਾਣੀ ਨੇ ਮੈਨੂੰ ਇੰਨਾ ਕੀਤਾ ਕਿ ਯਾਰ ਇਹ ਤਾਂ ਉਹ ਕਹਾਣੀ ਹੈ ਜਿਹੜੀ ਪਤਾ ਨਹੀਂ ਸਭ ਦੇ ਅੰਦਰ ਹੈ ਕਹਾਣੀ ਦੇਖੋ ਇਸ ਦੀ ਕੋਈ ਯਾਰ ਇਹ ਗੱਲ ਅਸੀਂ ਕਹਿਣਾ ਚਾਹੁੰਦੇ ਸੀ ਪਤਾ ਨਹੀਂ ਤੇ ਇਹ ਚੀਜ਼ਾਂ ਅਸੀਂ ਸੁਣੀਆਂ ਬਹੁਤ ਹੋਈਆਂ ਨੇ ਜਿੱਦਾਂ ਵਾਈਟ ਪੰਜਾਬ ਦੀ ਕਹਾਣੀ ਅਸੀਂ ਇਹ ਚੀਜ਼ਾਂ ਸੁਣੀਆਂ ਵੀ ਨੇ ਯਾਰ ਵੀ ਇੱਕ ਅਸੀਂ ਵੇਖੀਆਂ ਵੀ ਨੇ ਵੀ ਸਾਡੇ ਯਾਰ ਪੰਜਾਬ 'ਚ ਗੈਂਗਸਟਰਵਾਦ ਇੱਦਾਂ ਦਾ ਕਲਚਰ ਆ ਇੱਦਾਂ ਦਾ ਮਾਹੌਲ ਆ ਇਹ ਵੀ ਇੱਕ ਕਾਰਨ ਸੀਗਾ ਨਾ ਫਿਲਮ ਉਹ ਇਹ ਪਿਛਲੇ 5-6 ਸਾਲਾਂ ਤੋਂ ਕਿੰਨਾ ਪੰਜਾਬ ਦਾ ਮਾਹੌਲ ਬਣ ਕਿੰਨਾ ਬਦਲ ਰਿਹਾ ਹੈ ਨਾ ਮੈਂ ਨਾਂ ਦੱਸਾਂ ਕਈ 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 ਇੱਦਾਂ ਦੀ ਘਟਨਾਵਾਂ ਹੋਈਆਂ ਨੇ ਜਿਹਨੇ ਪੰਜਾਬ ਨੂੰ ਅੰਦਰੋਂ ਹਲੂਣਿਆ ਹੈ ਕਿ ਯਾਰ ਇਹ ਸਾਡੇ ਇੱਥੇ ਇਹ ਕਿਉਂ ਹੋ ਰਿਹਾ ਅਸੀਂ ਤਾਂ ਬੜੇ ਹੈ ਨਾ ਗਰੋਣ ਦੀ ਧਰਤੀ ਹੈ ਇੱਥੇ ਤਾਂ ਹੈ ਨਾ ਮਤਲਬ ਸਭ ਠੀਕ ਸੀ ਹੁਣ ਕੀ ਹੋ ਰਿਹਾ ਕਿਉਂ ਹੋ ਰਿਹਾ ਪਰ ਉਹਨੂੰ ਦਿਖਾਉਣਾ ਕਿਵੇਂ ਉਹ ਇੱਕ
सिक्के के दो पहलू होंगे ने मैं हमेशा कहना वो एक ही दिखाया जाता है सानू बिल्कुल वो मीडिया दिखाती है किस तरह नाल दिखाती है असं उही वेखते हैं या फिर जो पॉलिटिशियन ने वो बोलते हैं अपने तरीके नाल पर असल हकीकत की है लोगों का सच की है वो फिल्म दिखाऊगी कि लोगों का परस्पैक्टिव ये है कि कोई बंदा जो हथियार चुकता है तो कि हालात चुकता है कोई भी इंसान मैं नहीं लगता कदम भी हथियार चुकूगा आम लोगों लिए मैं नहीं मानता कि भगत सिंह ने हथियार एक आम लोगों लिए चके से या किसी ने भी हथियार जो चकिया जिंदगी तो आम लोगों डराने लिए नहीं 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 जो बंद इन्ना दबाया जाता है ना इन्ना उसते जुल्म होंदा है इन्ना उसते मतलब वो हक वो आज़ादी से जो खतरा बनता है तो फिर बंदा हथियार का पक्ष लैंदा है फिर पक्ष लैंदा एक ना भी मैंने कहानी च बड़ी इस चंगी गल लगी असं हूँ तक फिल्मा बखा येखते गैंगस्टर इन्ना को प्रमोट किया जाता है साढ़े ना जो यूथ आ इस गल की प्रभावित हो जाता है तो जिंदगी बड़ी घेंट है ना भी ठाठ वाठ जी है ना सारे लोग डरते हैं पर इस फिल्म के असल जिंदगी दिखाई गई है भी जो इस लाइन च आ गए तो बाद च परिवार का की हाल होंगे वो जो गब्बर भाई ना मैं गल करता ना कहना भाई वो वाइट पंजाब है असं वो चीज़ दिखाई असं गैंगस्टर ए नहीं दिखाता भी वो हीरो आ यह खूबसूरती है फिल्म की आप भी अपने पिंड जितों आए हैं सब ने देखे अपने इलाके च कोई जै इन्हों राह वाल तुरै भी है तो पिछले घर का की हाल होया मैं तो बहुत नेड़े देखे चीज़ा है साढ़े उधर बहुत सी पहला पर मैं वो कहना कि फिल्म की खूबसूरती यही है ते पर कोई भी इंटरटेन जो सिनेमा नूं असीं देखण जा रहे हैं तो कोई ये ना सोचो कि थोड़ा कोई सिक्ख्या मिलेगी क्योंकि सिखाना ना इंसान का अपना अपने अंदर की समझ होंदी है कोई किसी को कुछ सिखा ही नहीं सकता बई जै मैं तेनों कुछ उत ये बूटा पिया है एक तकिया है ये मेरे लिए मेरा सुख है तेरे लिए तू अपने तरीके यूज़ करता है मैं अपने कोई फिल्म देखने कोई जाऊँगा है तो वो अपने परस्पैक्टिव नाल देखता है बिल्कुल जे किसी हुण हथियार जच रहे ने तो हथियार देखूगा जे किसी किसी कहानी चे माँ वो करैक्टर की माँ तो पुत का रिश्ता दिख रहा है वो पंजाब प्रति दर्द दिख रहा है तो वो देखूगा ना जिसे अंदर है ही नहीं चीज़ा जो शुरू तो उन्हें सोच के वो चीज़ हो गया तो उन्होंने उही मिलेगी ये नज़रिया अपना होंगे ये संस्कार कह लो समझ अपनी होंगी है जिम्मे ला लो मतलब एक हथियार आ चंगे बंदे हाथ से हथियार असं कहे वाह है ना माड़े बंदे हाथ से हथियार भी यार हवा करता फिर सिंपल जी गल साडी नजरिया चेंज हो गई है तो हथियार ही है पिस्तौल तो पिस्तौल ही है चाहे चंगे बंदे दा माड़े हथियार सी ओही सिंगा कोल हथियार सी ओही कह लो कि ओ मुगलां कोल सीगे ते ओ किवें यूज करदे सी ते साडे सिख किवें यूज करदे सी बिल्कुल बिल्कुल गल सारी समझ दे नजरिए दी है जिदे जिदा जो नजरिया ओ चीज उस दे हिसाब नाल देखदा है ਤੁਹਾਨੂੰ ਵੀਰੇ ਕੋਈ ਇੱਦਾਂ ਦੀ ਤੁਹਾਨੂੰ ਘਟਨਾ ਲੱਗੀ ਜਿਹੜੀ ਤੁਸੀਂ ਸੁਣੀ ਹੋਵੇ ਜਾਂ ਤੁਹਾਡੇ ਨਾਲ ਬੀਤੀ ਹੋਵੇ ਜੋ ਤੁਹਾਨੂੰ ਫਿਲਮ 'ਚ ਦੇ ਵਿੱਚ ਮੇਰਾ ਕਰੈਕਟਰ ਬਹੁਤ ਉਹ ਹੈ ਜਿਹਦੇ ਮੇਰਾ ਕਰੈਕਟਰ ਜਿੱਦਾਂ ਦਾ ਹੈਗਾ ਉਹ ਬੜਾ ਹੀ ਆਪਾਂ ਜਿਵੇਂ ਗੱਲਾਂ ਕਰ ਰਹੇ ਹਾਂ ਉਹ ਸਾਰੇ ਉਸਦੇ ਅੰਦਰ ਨੇ ਸਵਾਲ ਜਵਾਬ ਕਿ ਜਿਹੜਾ ਯੂਥ ਹੁੰਦਾ ਹੈ ਉਹ ਕਿੰਨਾ ਜਲਦੀ ਇਹਨਾਂ ਚੀਜ਼ਾਂ ਵੱਲ ਖਿੱਚਦਾ ਹੈ ਖਿੱਚਦਾ ਕੀ ਉਹ ਚਾਹੁੰਦਾ ਖਿੱਚਦਾ ਨਹੀਂ ਉਹ ਹਰ ਯੰਗਸਟਰ ਚਾਹੁੰਦਾ ਹੁੰਦਾ ਕਿ ਇੱਕ ਵਾਰ ਤਾਂ ਮੈਂ ਬੱਲੇ ਬੱਲੇ ਕਰਾ ਦੇਣੀ ਹੈ ਵੀ ਲੋਕ ਮੈਨੂੰ ਪਹਿਚਾਣ ਲੈਣ ਮੇਰਾ ਨਾਮ ਹੋ ਜਾਵੇ ਇੱਕਦਮ ਤੋਂ ਕਾਲਜ ਯੂਨੀਵਰਸਿਟੀ 'ਚ ਇਹ ਚੀਜ਼ ਮੇਰੇ ਆਪਾਂ ਹਰ ਕੋਈ ਜਦੋਂ ਕਾਲਜ ਆਪਾਂ ਸਕੂਲ ਪਾਸ ਕੀਤਾ ਮੇਰੀ ਜਿੰਨੀ ਵੀ ਸਮਝਦਾਰੀ ਦੀ ਗੱਲਾਂ ਨੇ ਮੈਨੂੰ ਜਦੋਂ ਜ਼ੀਰੋ ਲੱਗਦੀ ਸੀਗੀਆਂ ਉਹ ਤਾਂ ਹੀ ਮਾਰਦੇ ਆ ਮੈਂ ਜਾ ਕੇ ਉੱਥੇ ਮੈਨੂੰ ਬਾਈ ਬਾਈ ਘੁਮਾਉਣਾ ਹੈ ਇੱਦਾਂ ਕਰਨਾ ਹੈ ਪਰ ਫਿਰ ਵਕਤ ਦੇ ਨਾਲ ਪਤਾ ਲੱਗਦਾ ਹੈ ਕਿ ਇਹ ਬਾਈ ਬਾਈ ਕਹਾਉਣਾ ਸੌਖਾ ਹੈ ਪਰ ਇਹਦੇ ਨਾਲ ਕਿੰਨੇ ਤੁਹਾਡੇ ਗਏ ਤੁਹਾਡੇ ਨਾਲ ਜਿਹੜੇ ਮਤਲਬ ਤੁਹਾਡੇ ਬੜੀ ਵਧੀਆ ਗੱਲ ਕਹੀ ਹੋਈ ਕਿਸੇ ਨੇ ਕਿ ਜਦੋਂ ਗੋਲੀ ਚੱਲਦੀ ਹੈ ਅੱਗੇ ਨੂੰ ਤਾਂ ਇੱਕ ਕਿੱਲਾ ਚੱਲਦੀ ਹੈ ਪਿੱਛੇ 10 ਕਿੱਲੇ ਸਾਰੇ ਬੰਦੇ ਨੇ ਕਹਿੰਦਾ ਬਾਬਾ ਗੋਲੀ ਇਹਦੀ ਮਾਰ ਗਈ ਨਹੀਂ ਕਹਿੰਦਾ ਮੂਰ ਨੂੰ ਤਾਂ ਪਤਾ ਕਿਲੋਮੀਟਰ ਦੀ ਹੋਊਗੀ ਪਿੱਛੋਂ 10-12 ਕਿੱਲੇ ਲੈ ਜਾਂਦੀ ਹੈ ਉਹੀ ਗੱਲ ਹੈ ਬਸ ਉਹ ਸਮਝ ਹੈ ਉਹ ਮੈਂ ਦੇਖਿਆ ਘਰਾਂ ਮਤਲਬ ਚਲੋ ਆਪਣੇ ਆਸ ਪਾਸ ਦੇਖਿਆ ਆਪਣੇ ਪਰਿਵਾਰ 'ਚ ਹੀ ਮੈਂ ਦੇਖਿਆ ਇਹ ਚੀਜ਼ਾਂ ਜਦੋਂ ਵੀ ਕਦੇ ਵਾਇਲੈਂਸ ਜਦੋਂ ਆਈ ਹੈ ਨਾ ਕਿਸੇ ਚੀਜ਼ 'ਚ ਤਾਂ ਵਾਇਲੈਂਸ ਕਿਤੇ ਵੀ ਸਹੀ ਨਹੀਂ ਹੁੰਦੀ ਮਤਲਬ ਤੁਸੀਂ 2 ਮਿੰਟ ਲਈ ਤੁਸੀਂ ਜਸਟੀਫਾਈ ਵੀ ਕਰ ਦਿਓਗੇ ਲੋਕਾਂ ਨੂੰ ਕਿ ਯਾਰ ਵਾਇਲੈਂਸ ਤਾਂ ਹੋਈ ਹੈ ਯੁੱਧ 'ਚ ਕਹਿ ਲਓ ਕਿ ਪਿਆਰ ਅਤੇ ਯੁੱਧ ਵਿੱਚ ਸਭ ਕੁਝ ਜਾਇਜ਼ ਹੈ ਤੁਸੀਂ ਜੀ ਜਿਵੇਂ ਮਰਜ਼ੀ ਜਸਟੀਫਾਈ ਕਰ ਦਿਓ ਕਵਿਤਾਵਾਂ ਨਾਲ ਫਿਲਮਾਂ ਨਾਲ ਪਰ ਇਹ ਐਟ ਦ ਐਂਡ ਦਾ ਜਿਹੜਾ ਉਹ ਨਤੀਜਾ ਹੈ ਬੁਰਾ ਹੀ ਨਿਕਲਦਾ ਨਤੀਜਾ ਮਾੜਾ ਵੀ ਸਹੀ ਹੈ ਮਾੜਾ ਨਤੀਜਾ ਇਹਦਾ ਉਹੀ ਗੱਲ ਫਿਲਮ ਕਰ ਰਹੀ ਹੈ ਤੁਸੀਂ ਜਿਵੇਂ ਮਰਜ਼ੀ ਦੇਖੋਗੇ ਫਿਲਮ ਦੇ ਐਂਡ 'ਚ ਤੁਹਾਨੂੰ ਪਤਾ ਲੱਗੂਗਾ ਕਿ ਯਾਰ ਗੱਲ ਸਾਰੀ ਇਹ ਹੈ ਵੀ ਉਹੀ ਗੱਲਾਂ ਦੱਸੀਆਂ ਗਈਆਂ ਫਿਲਮ 'ਚ ਜੋ ਆਪਾਂ ਸੋਚਦੇ ਹਾਂ ਪਰ ਅਸਲ ਗੱਲ ਕੀ ਹੈ ਨਾ ਅਸੀਂ ਬੋਲਦੇ ਸਭ ਹਾਂ ਇਸ ਚੀਜ਼ ਬਾਰੇ ਸੁਣਨਾ ਨਹੀਂ ਕੋਈ ਜਾਂਦਾ ਹੁਣ ਨਜ਼ਰੀਆ ਸਭ ਆਪਣਾ ਰੱਖਣਾ ਚਾਹੁੰਦੇ ਨੇ ਕਿ ਮੈਨੂੰ ਪਤਾ ਇਹ ਚੀਜ਼ ਗਲਤ ਹੈ ਇਹਨੂੰ ਪਤਾ ਇਹ ਚੀਜ਼ ਗਲਤ ਹੈ ਇਹਨੂੰ ਪਤਾ ਇਹ ਚੀਜ਼ ਗਲਤ ਹੈ ਪਰ ਯਾਰ ਇਹ ਹੋਇਆ ਕਿਉਂ ਹੈ ਕੋਈ ਚੀਜ਼ ਹੋਣ ਦਾ ਕਾਰਨ ਪੁੱਛੀਦਾ ਹੁੰਦਾ ਹੈ ਹੋ ਤਾਂ ਗਈ ਹੁਣ ਆਪਾਂ ਅੱਜ ਕਹਿੰਦੇ ਹਾਂ ਕਿ ਸਾਡੀ GDP ਨੀਚੇ ਹੈ ਇਹ ਸਾਡਾ ਰੁਪੀ ਨੀਚੇ ਹੈ ਪਰ ਕਿਉਂ ਨੇ ਇਹ ਚੀਜ਼ਾਂ ਦੇ ਸਵਾਲ ਨਾਲ ਜਵਾਬ ਇੱਦਾਂ ਹੀ ਪੰਜਾਬ ਦੇ ਜੋ ਹਾਲਾਤ ਅੱਜ ਹੋਏ ਨੇ ਇਹ ਇਕਦਮ ਤਾਂ ਨਹੀਂ ਹੋ ਗਏ ਯਾਰ ਤੂੰ ਵੀ ਪੜ੍ਹਿਆ ਲਿਖਿਆ ਆਪਾਂ ਵੀ ਗੱਲ ਕਰ ਰਹੇ ਹਾਂ ਤੂੰ ਵੀ ਗੱਲ ਕਰ ਰਹੇ ਹਾਂ ਆਪਾਂ ਸਭ ਸਹੀ ਬੈਠੇ ਹਾਂ ਤਾਂ ਗਲਤ ਕਿੱਥੇ ਹੈ ਬਿਲਕੁਲ ਜਿੱਥੇ ਗਲਤ ਹੈ ਉਹ ਚੀਜ਼ ਦੇਖੋ ਨਾ ਅਤੇ ਕਿਉਂ ਗਲਤ ਹੈ ਉਹਨੂੰ ਸੁਧਾਰੋ ਬੋਲਣਾ ਆਸਾਨ ਹੈ ਕਰਨਾ ਹੈ ਨਾ ਕਹਿਣਾ ਸੌਖਾ ਹੈ ਕਹਿੰਦੇ ਕਰਦੇ ਵੀ ਕਰਨਾ ਔਖਾ ਹੈ ਇਹ ਗੱਬਰ ਸੰਗਰੂਰ ਨੇ ਇਸ ਫਿਲਮ ਰਾਹੀਂ ਉਹ ਚੀਜ਼ਾਂ ਕੀਤੀਆਂ ਨੇ ਪੰਜਾਬ ਬਾਰੇ ਬੋਲਦੇ ਸਭ ਨੇ ਇਸ ਬੰਦੇ ਨੇ ਕਰਕੇ ਦਿਖਾਇਆ ਫਿਲਮ ਬਣਾਈ ਹੈ ਪੰਜਾਬ 'ਤੇ ਯਾਰ ਕੋਈ ਮਤਲਬ ਕੋਈ ਇੱਦਾਂ ਨਹੀਂ ਕਿ ਲੋਕਾਂ ਉਹਨੇ ਕੋਈ
चीज़ फट के जो मसाला कहते हो कि हाँ ये चके चके इनू लैके इनू लैके बड़ी गल भी पता की है भी सब्सिडी लई नहीं बनाई हैगी कोई हाँ है ना ये अजकल दी मेहरबानी सच्चाई ये है पैसा ते फलों ते भी लग्या होना वीरे यार भाई चाहुंदा जे चाहुंदा तां राइटर आ राइटर कोई बंदा कहानी कमाउणी है सी इंग्लैंड दी कहानी लिख के कमा लैंदा विचार पैसे उत्थों कमा ले आवां कोई गल है ते सानूं लैणा हां बिल्कुल सैमुअल जॉन किन्ने बेहतरीन एक्टर्स ने ते इन्हां नूं पंजाबी इंडस्ट्री ਕਿੰਨਾ ਹੈ ਨਾ ਲੱਗ ਜਾ ਰੱਖਿਆ ਗਿਆ ਪਰ ਬਾਈ ਨੇ ਉਹਨਾਂ ਨੂੰ ਵੀ ਲੈ ਕੇ ਇੰਨੇ ਇਸ ਫਿਲਮ 'ਚ ਮੈਂ ਇੱਕ ਦਿਨ ਡਬਿੰਗ ਕਰ ਰਿਹਾ ਸੀ ਇੱਕ ਸੀਨ ਹੈ ਇੱਕ ਮੁੰਡੇ ਦਾ ਚਾਹ ਦਾ ਸੀਨ ਹੈ ਕੁਛ ਉਹ ਬੰਦਾ ਨੇ ਜੋ ਪਰਫੋਰਮ ਕੀਤਾ ਮੈਂ ਪੁੱਛਿਆ ਬਾਈ ਇਹ ਬੰਦਾ ਹੈ ਕੌਣ ਉਹਦਾ ਸਿਰਫ 20 ਸੈਕਿੰਡ ਦਾ ਸੀਨ ਹੈ ਕਹਿੰਦਾ ਥੀਏਟਰ ਦਾ ਜਲਾਲਪੁਰ ਕੋਈ ਇੱਧਰ ਹੈਗੇ ਨੇ ਨਾ ਫਾਜ਼ਿਲਕਾ ਸਾਈਡ ਇਲਾਕੇ ਦੇ ਕਹਿੰਦਾ ਮੈਂ ਸਪੈਸ਼ਲੀ ਉੱਥੋਂ ਬੁਲਾਇਆ ਮਤਲਬ ਤੁਸੀਂ ਸੋਚੋ ਕਿ ਇੱਕ ਸੀਨ ਲਈ ਵੀ ਐਕਟਰ ਨੂੰ ਲੱਭਿਆ ਬਾਈ ਨੇ ਉੱਥੋਂ ਵੀਰੇ ਮੈਂ ਨਾ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ ਹੈ ਨਾ ਗੱਬਰ ਬਾਈ ਨੂੰ ਅਸੀਂ ਮਿਲਦੇ ਹੁੰਦੇ ਸੀਗੇ ਬਾਈ ਕਿਵੇਂ ਚੱਲ ਰਹੀਆਂ ਤਿਆਰੀਆਂ ਪ੍ਰਮੋਸ਼ਨ ਦੀਆਂ ਕਿੰਨੀਆਂ ਚੱਲ ਰਹੀਆਂ ਉਹ ਕਹਿੰਦਾ ਬਾਈ ਯਾਰ ਪ੍ਰਮੋਸ਼ਨ ਠੀਕ ਹੈ ਅਸੀਂ ਕਰ ਰਹੇ ਹਾਂ ਜਿਵੇਂ ਦੀ ਵੀ ਕਰੀਏ ਚੰਗੀ ਕਰੀਏ ਮਾੜੀ ਕਰੀਏ ਮੈਨੂੰ ਆਪਦੇ ਆਰਟਿਸਟਾਂ 'ਤੇ ਇੰਨਾ ਕੁ ਜ਼ਿਆਦਾ ਮਾਣ ਆ ਮੈਂ ਸੰਤੁਸ਼ਟ ਹਾਂ ਵੀ ਮੈਂ ਜਿਹੜੇ ਬੰਦੇ ਨੂੰ ਲੈ ਕੇ ਫਿਲਮ ਬਣਾਈ ਆ ਮੈਨੂੰ ਖੁਸ਼ੀ ਹੈ ਕਿੰਨੀ ਵੱਡੀ ਗੱਲ ਹੈ ਇਦੂ ਬਾਅਦ 'ਚ ਨਾ ਬੰਦਾ ਹੋ ਕੀ ਰਿਹਾ ਜਿਹਨੇ ਬਸ ਮੈਨੂੰ ਉਹਨਾਂ 'ਤੇ ਮਾਣ ਆ ਮੇਰੇ ਬੰਦਿਆਂ ਦੇ ਜਿਹਨਾਂ ਮੈਂ ਲੈ ਕੇ ਫਿਲਮ ਬਣਾਈ ਆ ਮੈਂ ਕੋਈ ਮਾੜਾ ਕਰੈਕਟਰ ਨਹੀਂ ਮਾੜੀ ਮੇਰੀ ਸਕ੍ਰਿਪਟ ਨਹੀਂ ਫਿਰ ਮੈਨੂੰ ਕਾਹਦੀ ਟੈਨਸ਼ਨ ਬਾਈ ਇਹ ਇਹ ਹੁੰਦਾ ਕਿ ਨਾ ਯਕੀਨ ਦੀ ਗੱਲ ਹੁੰਦੀ ਸਹੀ ਗੱਲ ਨਹੀਂ ਨਹੀਂ ਬਿਲਕੁਲ ਸਹੀ ਗੱਲ ਅੱਛਾ ਵੀਰੇ ਬਾਈ ਬਾਈ ਇਸ ਫਿਲਮ ਵਿੱਚ ਇੱਕ ਡਾਇਲੋਗ ਆਉਂਦਾ ਵੀ ਬਾਈ ਬਾਈ ਜਿੱਦਾਂ ਨਾ ਕਰਤਾਰ ਬਾਈ ਦਾ ਡਾਇਲੋਗ ਆ ਕਹਿੰਦਾ ਵੀ ਬਾਈ ਬਾਈ ਕਹਾਉਣਾ ਤੁਹਾਡੀ ਜ਼ਿੰਦਗੀ 'ਚ ਬਾਈ ਬਾਈ ਸ਼ਬਦ ਤੁਸੀਂ ਕੀ ਦੇਖਦੇ ਹੋ ਜਦੋਂ ਬਾਈ ਬਾਈ ਆਉਂਦਾ ਤਾਂ ਕਿੰਨਾ ਦਾ ਜਾਂ ਰੁਤਬਾ ਜਹਿਨ 'ਚ ਆਉਂਦਾ ਜਾਂ ਬਾਈ ਬਾਈ ਨੂੰ ਤੁਸੀਂ ਕੀ ਮੰਨਦੇ ਹੋ ਦੋ ਇਨਸਾਨ ਆਉਂਦੇ ਨੇ ਮੇਰੇ ਮੈਂ ਜਿਹਨੂੰ ਬਾਈ ਕਹਿਣਾ ਹੈ ਅਸਲ 'ਚ ਬਹੁਤ ਯੂਜ਼ ਹੁੰਦਾ ਮੈਂ ਬਾਈ ਕਹਿੰਦਾ ਰਵੀ ਬਾਈ ਤੇ ਗੱਬਰ ਬਾਈ ਇਹਨਾਂ ਨੂੰ ਤੁਹਾਨੂੰ ਬਾਈ ਬਾਈ ਬਹੁਤ ਕਹਿੰਦਾ ਬਿਲਕੁਲ ਬਿਲਕੁਲ ਬਾਕੀ ਹਲੇ ਤਾਂ ਮੇਰੀ ਜ਼ਿੰਦਗੀ 'ਚ ਇੱਦਾਂ ਦਾ ਕੋਈ ਆਇਆ ਨਹੀਂ ਹਾਂ ਸਾਰੇ ਉਸਤਾਦ ਲੋਕ ਆਏ ਸੀਗੇ ਟੀਚਰਸ ਸੀ ਮੇਰੇ ਮੈਂ ਟੀਚਰ ਸਰ ਕਹਿ ਕੇ ਬੁਲਾਉਣਾ ਉਹਨਾਂ ਨੂੰ ਬਾਈ ਮੇਰੇ ਲਈ ਉਹ ਇਨਸਾਨ ਹੈ ਜਿਹੜਾ ਤੁਹਾਨੂੰ ਗਾਈਡ ਕਰੇ ਜਿਹੜਾ ਰੋਲ ਮਾਡਲ ਹੋਵੇ ਤੁਹਾਡਾ ਜਿਹਨੂੰ ਦੇਖ ਕੇ ਤੁਹਾਨੂੰ ਲੱਗੇ ਕਿ ਯਾਰ ਜੇ ਬਣਨਾ ਹੈ ਤਾਂ ਇੱਦਾਂ ਦਾ ਇਨਸਾਨ ਬਣਨਾ ਇਸ ਦਾ ਵਿਅਕਤਿਤਵ ਕਿ ਇਸ ਦੀ ਪਰਸਨੈਲਿਟੀ ਇੰਨੀ ਮਤਲਬ ਮੈਨੂੰ ਉਹ ਕਰਦੀ ਹੈ ਇੰਸਪਾਇਰ ਕਰਦੀ ਹੈ ਫੈਸੀਨੇਟ ਕਰਦੀ ਹੈ ਕਿ ਇਸ ਬੰਦੇ ਦੇ ਨੇੜੇ ਤੇੜੇ ਦਾ ਵੀ ਕੁਛ ਬਣ ਜਾ ਜਾਵੇ ਤਾਂ ਵਧੀਆ ਗੱਲ ਹੈ ਦੋਵੇਂ ਇਨਸਾਨ ਇੱਦਾਂ ਦੇ ਸੀ ਜ਼ਿੰਦਗੀ 'ਚ ਗੱਬਰ ਬਾਈ ਵੀ ਖਾਸ ਕਰ ਰੇਬੀ ਬਾਈ ਵੀ ਇਹਨਾਂ ਨੂੰ ਇਹਨਾਂ ਕੋਲ ਜਿੰਨਾ ਕੁਛ ਹੈ ਨਾ ਇਹ ਇਹਨੂੰ ਅਹਿਸਾਸ ਨਹੀਂ ਉਸ ਚੀਜ਼ ਦਾ ਅਤੇ ਚੰਗੀ ਗੱਲ ਹੈ ਜਿਹੜੀ ਬੜੀ ਪੋਜ਼ਿਟਿਵ ਗੱਲ ਹੈ ਕਿ ਇਹਨਾਂ ਨੂੰ ਇਹ ਹੈ ਕਿ ਯਾਰ ਕਹਿ ਕੇ ਨਹੀਂ ਕਰਨਾ ਮਤਲਬ ਬੋਲ ਕੇ ਨਹੀਂ ਕੁਛ ਕਰਨਾ ਕੰਮ ਤੋਂ ਦਿਖਾਉਣੀ ਹੈ ਚੀਜ਼ ਹੈ ਨਾ ਇਹ ਤੁਸੀਂ ਕਹਿ ਲਓ ਕਿ ਜਿਹੜਾ ਫੁੱਲ ਹੈ ਨਾ ਗੁਲਾਬ ਦਾ ਉਹ ਲੱਭ ਜਾਂਦਾ ਹੈ ਖੁਸ਼ਬੂ ਨਾਲ ਲੱਭ ਜਾਂਦਾ ਇਹਨਾਂ ਦੀ ਖੁਸ਼ਬੂ ਇੰਨੀ ਪਿਓਰ ਹੈ ਇੰਨਾ ਸਾਫ਼ ਸੁਥਰੇ ਇਨਸਾਨ ਜੀ ਨੇ ਇਹਨਾਂ ਦਾ ਬੰਦਾ ਆਪਣੇ ਆਪ ਇੰਨੇ ਲੋਕਾਂ 'ਚੋਂ ਇਹਨਾਂ ਨੂੰ ਲੱਭ ਲੂਗਾ ਕਿ ਇਹ ਬੰਦਾ ਵਧੀਆ ਹੈ ਹੁਣ ਤਾਂ ਵੀਰੇ ਤੁਹਾਡੀ ਜ਼ਿੰਦਗੀ 'ਚ ਵੀ ਇਹ ਉਹ ਮੁਕਾਮ ਆ ਗਿਆ ਤੁਹਾਨੂੰ ਵੀ ਬਾਈ ਬਾਈ ਕਹਿੰਦੇ ਹੈ ਨਾ ਨਹੀਂ ਚਲੋ ਯਾਰ ਚੱਲੇ ਵਾਰ ਤੋਂ ਬਾਅਦ ਇੰਨੀ ਪਛਾਣ ਬਣ ਗਈ ਬਹੁਤ ਫਿਲਮਾਂ ਵੀ ਆਈਆਂ ਵੈਬ ਸੀਰੀਜ਼ ਵੀ ਕੀਤੀਆਂ ਨੇ ਤੁਸੀਂ ਇੱਜ਼ਤ ਮਿਲਦੀ ਹੈ ਤਾਂ ਵਧੀਆ ਲੱਗਦਾ ਯਾਰ ਅਤੇ ਹੁਣ ਡਰ ਲੱਗਦਾ ਵੀਰੇ ਕਿਤੇ ਇਹ ਚੀਜ਼ ਤੋਂ ਵੀ ਯਾਰ ਠੀਕ ਆ ਨਾ ਬਣ ਗਿਆ ਹੁਣ ਨਾ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਜ਼ਿਆਦਾ ਹੁਣ ਜ਼ਿਆਦਾ ਡਰ ਲੱਗਦਾ ਪਹਿਲਾਂ ਤਾਂ ਇੱਕ ਉਹ ਸੀ ਸਾਡੇ ਅੰਦਰ ਕਿ ਅਸੀਂ ਸਿੱਖ ਰਹੇ ਸੀ ਇਹਨੂੰ ਵੀ ਸਿੱਖ ਰਹੇ ਹਾਂ ਪਰ ਉਦੋਂ ਕੀ ਸੀਗਾ ਕਿ ਅਸੀਂ ਸਾਨੂੰ ਆਪਣਾ ਖੁਦ ਨਹੀਂ ਪਤਾ ਸੀ ਆਪਾਂ ਕੀ ਹਾਂ ਲਿਟਰਲੀ ਸਾਨੂੰ ਪਤਾ ਨਹੀਂ ਸੀਗਾ ਹੁਣ ਰਿਲਾਈਜ਼ ਹੋ ਰਹੇ ਕਿ ਅਸੀਂ ਇਹ ਕਰ ਰਹੇ ਹਾਂ ਇਹ ਪ੍ਰੋਫੈਸ਼ਨਲ ਅਸੀਂ ਚੁਣ ਲਿਆ ਹੁਣ ਪ੍ਰੋਫੈਸ਼ਨਲੀ ਅਸੀਂ ਹੋ ਗਏ ਹਾਂ ਉਦੋਂ ਤੱਕ ਆਪਾਂ ਸਟੂਡੈਂਟ ਸੀਗੇ ਹੁਣ ਜਦੋਂ ਹੋ ਗਏ ਹਾਂ ਤਾਂ ਇਹੀ ਹੁੰਦਾ ਹੈ ਪਰ ਲੱਕੀ ਆਪਾਂ ਬਾਬੇ ਦੀ ਕਿਰਪਾ ਚਲੋ ਵਧੀਆ ਇਨਸਾਨ ਮਿਲਦੇ ਨੇ ਮੈਨੂੰ ਡਰ ਇਸ ਚੀਜ਼ ਦਾ ਰਹਿੰਦਾ ਹੈ ਮੈਨੂੰ ਦੇਖੋ ਮੈਨੂੰ ਪਤਾ ਦੇਖੋ ਵਾਈਟ ਪੰਜਾਬ ਦਾ ਸਭ ਤੋਂ ਵੱਡਾ ਕਾਰਨ ਕਰਨ ਦਾ ਗੱਬਰ ਸੰਗਰੂਰ ਸੀਗਾ ਕਿਉਂਕਿ ਬੰਦੇ 'ਤੇ ਵਿਸ਼ਵਾਸ ਹੁੰਦਾ ਯਕੀਨ ਹੁੰਦਾ ਵੀ ਇਹ ਬੰਦਾ ਰਵੀ ਵੀਰਾ ਮੈਨੂੰ ਫੋਨ ਕਰਕੇ ਜੇ ਕਹਿ ਵੀ ਦੇਵੇ ਨਾ ਕਿ ਇੰਦਰ ਕੁਛ ਕਰਨਾ ਹੈ ਤਾਂ ਮੈਂ ਫਿਰ ਪੁੱਛੂੰਗਾ ਸਕ੍ਰਿਪਟ ਕੀ ਹੈ ਪਰ ਉਹਦੇ 'ਤੇ ਵਿਸ਼ਵਾਸ ਇੰਨਾ ਹੈ ਕਿ ਬੰਦਾ ਜੋ ਕਰੂਗਾ ਸਹੀ ਕਰੂਗਾ ਤਾਂ ਆਹੀ ਭਾਲ ਰਹਿੰਦੀ ਹੈ ਕਿ ਵਧੀਆ ਲੋਕਾਂ ਨੂੰ ਮਿਲਣਾ ਵਧੀਆ ਲੋਕਾਂ ਦਾ ਮਤਲਬ ਨੇੜਤਾ ਰਹੇ ਤਾਂ ਬਸ ਉਹਦੀ ਉਹ ਰਹਿੰਦੀ ਹੈ ਕਿ ਚੰਗਾ ਬੰਦਾ ਮਿਲੇ ਵੈਸੇ ਮੈਂ ਆਪਣੇ ਆਪ ਹੀ ਮੈਨੂੰ ਹੋ ਜਾਂਦਾ ਰਿਲਾਈਜ਼ ਕਿ ਮੈਨੂੰ ਇੱਦਾਂ ਦਾ ਬੰਦਾ ਮਿਲਦਾ ਹੈ ਨਾ ਜਿਹਦੇ ਨਾਲ ਵਾਈਬ ਨਹੀਂ ਮੈਚ ਕਰਦੀ ਮੈਂ ਆਪ ਪਿੱਛੇ ਹਟ ਜਾਂਦਾ ਹਾਂ ਕਦੇ ਵੀਰੇ ਇਕੱਲੇ ਬਹਿ ਕੇ ਚੀਜ਼ ਦੀ ਟੈਨਸ਼ਨ ਹੋਈ ਹੈ ਵੀ ਯਾਰ ਠੀਕ ਆ ਹੁਣ ਪਛਾਣ ਬਹੁਤ ਬਣ ਗਈ ਹੁਣ ਕੰਮ ਵੀ ਚਾਹੀਦਾ ਤੇ ਯਾਰ ਜ਼ਿੰਦਗੀ ਕਮਾਉਣ ਲਈ ਪੈਸਾ ਵੀ ਜ਼ਰੂਰੀ ਹੁੰਦਾ ਹਮੇਸ਼ਾ ਇਹ ਚੀਜ਼ ਜ਼ਿਹਨ 'ਚ ਹੁੰਦੀ ਹੈਗੀ ਹਮੇਸ਼ਾ ਹੀ ਰਹਿੰਦੀ ਹੈ ਯਾਰ ਮੈਂ ਇਸ ਚੀਜ਼ 'ਚ ਬਹੁਤ ਕੱਚਾ ਹਾਂ ਘਰੋਂ ਵੀ ਅਸੀਂ ਚਲੋ ਲੋਅਰ ਮਿਡਲ ਕਲਾਸ ਫੈਮਿਲੀ ਤੋਂ ਹਾਂ ਪਰ ਮੈਂ ਜੇ ਚਾਹਾਂ ਤਾਂ ਮੈਂ ਕਹਿਣੀ ਗੱਲ ਨਹੀਂ ਹੈ ਮੈਨੂੰ ਪਤਾ ਵੀ ਇੱਦਾਂ ਪੈਸਾ ਕਮਾਉਣਾ ਪਰ ਉਹ ਮੈਨੂੰ ਉਹ ਚੀਜ਼ਾਂ ਜੱਚਦੀਆਂ ਨਹੀਂ ਕਿਉਂਕਿ ਮੈਂ ਨਾ ਸਵਾਲ ਤੁਹਾਨੂੰ ਤਾਂ ਪੁੱਛਿਆ ਤੁਸੀਂ ਮੈਨੂੰ ਇੱਕ ਵਾਰੀ ਕਿਹਾ ਸੀ ਕਿ ਵੀ ਯਾਰ ਮੈਂ ਪੈਸੇ ਲਈ ਮੈਂ ਕੰਮ ਨਹੀਂ ਕਰਦਾ ਪਰ ਠੀਕ ਹੈ ਜ਼ਰੂਰਤ ਹੈ ਉਨਾ ਕੁ ਕਮਾਵਾਂਗੇ ਪਰ ਮੈਂ ਇਹ ਨਹੀਂ ਕਹੂੰਗਾ ਮੈਨੂੰ ਪੈਸੇ ਲਈ ਆ ਚੀਜ਼ ਅੱਜ ਹੀ ਮੈਂ ਦੱਸਾਂ ਜਾਂ ਦੱਸਾਂ ਕਿ ਅੱਜ ਮੈਂ ਇੱਕ ਸੀਰੀਅਲ ਉਨਾ ਕੀਤੀ ਹੈ ਦੁਬਾਰੇ ਇੱਕ ਕਰ ਰਿਹਾ ਮੈਂ ਉਹ ਤੋਂ ਹੀ ਮੈਂ ਬੜਾ ਮੈਨੂੰ ਪਤਾ ਲੱਗ ਗਿਆ ਕਿ ਇਹ ਚੀਜ਼ ਮੇਰੀ ਟੇਸਟ ਦੀ ਨਹੀਂ ਹੈਗੀ ਮੈਂ ਉਸ ਤਰ੍ਹਾਂ ਦਾ ਨਹੀਂ ਮੇਰਾ ਸਿਸਟਮ ਐਕਟਿੰਗ ਦਾ ਕਿ ਮੈਂ ਉਸ ਤਰ੍ਹਾਂ ਦਾ ਆਪਣਾ ਕਰਾਫਟ ਨੂੰ ਅੱਗੇ ਵਧਾ ਸਕਾਂ ਮੈਨੂੰ ਬੰਦਿਸ਼ਾਂ ਹੋ ਗਈਆਂ ਨੇ ਉੱਥੇ ਉਹ ਇੱਕ ਹੋਰ ਆਫਰ ਕਰ ਰਹੇ ਸੀ ਵਧੀਆ ਪੈਸੇ ਸੀਗੇ ਹੁਣੇ ਨਾ ਕਰਕੇ ਰਾਜ ਮੈਂ ਸੋਚੀ ਜਾ ਰਿਹਾ ਸੀ ਨਾ ਕਹਿਤੀ ਮੈਂ ਇਹਨਾਂ ਨੂੰ ਕਹਿੰਦੇ ਯਾਰ ਮੈਨੂੰ
ਮੈਂ ਯਾਰ ਪਤਾ ਕੀ ਹੈ ਅਸਲ ਗੱਲ ਪਤਾ ਕੀ ਹੈ ਜਦੋਂ ਮੈਂ ਆਪ ਹੀ ਖੁਸ਼ ਨਹੀਂ ਹੈਗਾ ਜੇ ਮੈਂ ਇੰਦਰੇ ਨਹੀਂ ਰਹਿ ਪਾਊਂਗਾ ਮੈਂ ਕਿਸੇ ਸੋਹਣੀ ਗੱਲ ਆਪਣੇ ਆਪ ਨਾਲ ਹੀ ਨਹੀਂ ਮੈਂ ਰਿਸ਼ਤਾ ਤੋੜਦਾ ਆਪਣੇ ਆਪ ਨਾਲ ਫਿਰ ਮੈਂ ਕੀ ਕਰਨੇ ਪਏ ਹੋਏ ਦਾ ਘੱਟੋ ਘੱਟ ਬੇਸ਼ੱਕ ਮੈਂ ਘਰੇ ਬਹਿ ਆਪਣੀ ਮਰਜ਼ੀ ਦੀ ਕਿਤਾਬ ਤਾਂ ਪੜ੍ਹ ਲਵਾਂਗਾ ਚੱਕ ਕੇ ਆਪਣੀ ਮਰਜ਼ੀ ਦੇ ਦੋਸਤ ਨੂੰ ਕਾਲ ਕਰਕੇ ਮਿਲ ਕੇ ਚਾਹ ਪੀ ਕੇ ਕੋਈ ਕਵਿਤਾ ਤਾਂ ਲਿਖ ਲਵਾਂਗਾ ਬਹਿ ਕੇ ਕੁਛ ਆਪਣੀ ਮਰਜ਼ੀ ਨਾਲ ਘੁੰਮ ਤਾਂ ਲਵਾਂਗਾ ਆਪਣੀ ਮਰਜ਼ੀ ਦੀ ਕਹਾਣੀ ਲਿਖ ਕੇ ਆਪੇ ਸ਼ੂਟ ਕਰ ਲਵਾਂਗਾ ਆਹ ਗੱਲਾਂ ਮੈਟਰ ਕਰਦੀਆਂ ਪਰ ਮੈਂ ਮੰਨਦਾ ਪੈਸਾ ਵੀ ਜ਼ਰੂਰੀ ਹੈ ਯਾਰ ਪਰ ਮੈਂ ਸੋਚਦਾ ਕਿ ਚਲੋ ਵਧੀਆ ਚੀਜ਼ ਤੋਂ ਪੈਸਾ ਮਿਲ ਜਾਏ ਤਾਂ ਵਧੀਆ ਗੱਲ ਹੈ ਵਧੀਆ ਫਿਲਮ ਦਾ ਹਿੱਸਾ ਬਣ ਜਾਈਏ ਪੈਸੇ ਚਾਰ ਘੱਟ ਮਿਲ ਬਹੁਤ ਲੋਕ ਨਾ ਇਹ ਗੱਲ ਕਰਦੇ ਜੇ ਅਸੀਂ ਸੀਰੀਅਲ ਕਰਦੇ ਨੇ ਸਾਡੀ ਗਰੋਥ ਹੈ ਜਿਹੜੀ ਉਹ ਥੋੜ੍ਹੀ ਰੁਕ ਜਾਂਦੀ ਹੈ ਇਹ ਹੈ ਗੱਲ ਇਹ ਫਰਕ ਹੈ ਯਾਰ ਤੁਸੀਂ ਕੀ ਸੋਚ ਕੇ ਆਏ ਹੋ ਜੋ ਮੈਂ ਸੋਚ ਕੇ ਆਇਆ ਉਹ ਮੈਨੂੰ ਨਹੀਂ ਮਿਲਿਆ ਉੱਥੇ ਉਹ ਐਕਸਪਲੋਰੇਸ਼ਨ ਕਰਾਫਟ ਦੀ ਕਰਾਫਟ ਨੂੰ ਲੈ ਕੇ ਮੇਰਾ ਜੋ ਨਜ਼ਰੀਆ ਹੈ ਉੱਥੇ ਉਹ ਅਪਲਾਈ ਨਹੀਂ ਹੈਗਾ ਉੱਥੇ ਹੈ ਬਹੁਤ ਸੋਹਣੀ ਚੀਜ਼ ਹੈ ਸੀਰੀਅਲ ਜੋ ਕਰ ਸਕਦਾ ਉਹ ਕਰੋ ਨੋ ਡਾਊਟ ਮੇਰੇ ਲਈ ਔਖਾ ਤਾਂ ਹੈ ਕਿਉਂਕਿ ਮੈਨੂੰ ਉਸ ਤਰ੍ਹਾਂ ਦੀ ਆਦਤ ਨਹੀਂ ਸਿਨੇਮਾ ਉਸ ਤਰ੍ਹਾਂ ਦਾ ਮੈਂ ਕਰਾਫਟ ਸਿੱਖੀ ਹੋਣੀ ਹੈਗੀ ਕਿ ਮੇਰਾ ਤਾਂ ਮੈਂ ਜਿੱਦਾਂ ਲੋਕਾਂ ਤੋਂ ਸਿੱਖਿਆ ਜਿੱਦਾਂ ਦੀ ਫਿਲਮਾਂ ਦੇਖ ਕੇ ਵੱਡਾ ਹੋਇਆ ਅਤੇ ਜਿੱਦਾਂ ਦੀ ਫਿਲਮਾਂ ਕਰਨਾ ਚਾਹੁੰਦਾ ਹਾਂ ਉਹ ਬਿਲਕੁਲ ਡਿਫਰੈਂਟ ਆ ਉੱਥੋਂ ਮੇਰੇ ਘਰਦਿਆਂ ਦਾ ਹੁਣ ਕਿਹੋ ਜਿਹਾ ਰੁਪਈਆ ਤੁਹਾਡੇ ਪ੍ਰਤੀ ਕਿਉਂਕਿ ਜਦੋਂ ਨਾ ਹੁਣ ਤੁਹਾਡੀ ਉਹ ਵੀ ਉਮਰ ਹੈਗੀ ਆ ਵੀ ਘਰ ਦੇ ਕਹਿੰਦੇ ਤੁਹਾਨੂੰ ਵਿਆਹ ਵੀ ਕਰਾਉਣਾ ਹਾਲੇ ਨਹੀਂ ਯਾਦ ਹੀ ਨਹੀਂ ਹੈਗੀ 22 ਸਾਲ ਦਾ ਹਾਲੇ ਤਾਂ ਮੈਂ ਪਰ ਇਹ ਗੱਲ ਹੈ ਵੀ ਘਰ ਦੇ ਸਪੋਰਟ ਪੂਰੀ ਹੈ ਮੰਮੀ ਤਾਂ ਕਹਿੰਦੇ ਨੇ ਹੁਣ ਕਰ ਰਿਹਾ ਵਧੀਆ ਕਰ ਰਿਹਾ ਪਤਾ ਵੀ ਲੱਗ ਗਿਆ ਉਹਨਾਂ ਨੂੰ ਇਹ ਵਾਈਟ ਪੰਜਾਬ ਤੋਂ ਬਹੁਤ ਖੁਸ਼ ਨੇ ਉਹ ਕਿਉਂਕਿ ਗੱਲ ਕਹਿਣ ਦੀ ਮੈਨੂੰ ਯਾਦ ਹੈ 2015-16 ਦੀ ਗੱਲ ਹੈ ਮੈਂ ਘਰੇ ਬੈਠਿਆ ਸੀਗਾ ਅਤੇ ਕਰਤਾਰ ਚਿੰਮੇ ਬਾਈ ਦੀ ਫਿਲਮ ਚੱਲ ਰਹੀ ਸੀ ਇੱਕ ਮਿੱਟੀ ਨਾ ਫਰੋਲ ਜੋਗਿਆ ਕੁਛ ਮਿੱਟੀ ਨਾ ਫਰੋਲ ਜੋਗਿਆ ਬਹੁਤ ਸੋਹਣੀ ਫਿਲਮ ਸੀ ਤੇ ਹੁਣ ਮੈਂ ਜਿਵੇਂ ਮੰਮੀ ਕਹਿ ਰਹੀ ਸੀ ਕਹਿੰਦੇ ਇਹ ਉਹੀ ਐਕਟਰ ਹੈ ਤੇ ਮੈਨੂੰ ਹਾਂ ਉਹੀ ਐਕਟਰ ਹੈ ਤੇ ਸੋਚਦਾ ਕਿ ਯਾਰ ਇਹਨਾਂ ਬੰਦਿਆਂ ਨਾਲ ਕੰਮ ਕਰਨ ਨੂੰ ਮਿਲ ਰਿਹਾ ਜਿਹਨਾਂ ਨੂੰ ਮੈਂ ਵਾਪਸ ਤੁਹਾਡੀ ਗੱਲ ਕੱਟ ਰਿਹਾ ਕਦੇ ਵੀਰੇ ਕਰਦੇ ਹੈ ਨਾ ਐਂ ਪੁੱਛਦੇ ਆ ਵੀ ਜਿਹਦਾ ਆਪਣੇ ਬੜਾ ਭੋਲਾਪਣ ਜਿਹਾ ਹੁੰਦਾ ਵੀ ਤੂੰ ਫਲਾਣੇ ਫਲਾਣੇ ਮੁੰਡੇ ਨੂੰ ਮਿਲਿਆ ਭਾਈ ਉਹਦੀ ਕਿੰਨੀ ਵਧੀਆ ਫਿਲਮ ਕਹਿੰਦੇ ਨੇ ਕਹਿੰਦੇ ਕਿੱਦਾਂ ਮਤਲਬ ਸਰਗੁਣ ਕਿੱਦਾਂ ਵਧੀਆ ਨੇ ਸਭ ਵਧੀਆ ਨੇ ਪਰ ਸਾਡੇ ਵਾਲੇ ਪਤਾ ਕੀ ਹੈ ਮੇਰੇ ਘਰੇ ਥੋੜ੍ਹਾ ਜਿਹਾ ਮੰਮੀ ਨੇ ਅਤੇ ਉਹ ਬੜੇ ਸੁਲਝੇ ਹੋਏ ਇਨਸਾਨ ਨੇ ਆਪਣੇ ਆਪ ਨਾਲ ਉਹ ਉਹਨਾਂ ਨੂੰ ਵੀ ਪਤਾ ਹੈ ਉਹ ਵੀ ਮੈਨੂੰ ਜਿਵੇਂ ਕਹਿ ਵੀ ਦੇਵਾਂ ਕਿ ਸੀਰੀਅਲ ਮੈਂ ਮਨਾ ਕਰਕੇ ਆਇਆ ਤਾਂ ਪੁੱਛਣਗੇ ਕਿ ਕਿਉਂ ਕੀਤਾ ਜੇ ਮੈਂ ਉਹਨਾਂ ਨੂੰ ਪਤਾ ਕਿ ਮੈਂ ਉਹਨੂੰ ਵੀ ਨਹੀਂ ਸਮਝ ਆਇਆ ਇਹਨੂੰ ਵੀ ਸੰਸਕਾਰ ਦਿੱਤੇ ਨੇ ਕਿ ਜੋ ਚੀਜ਼ ਇੰਦਰ ਕਦੇ ਵੀ ਜ਼ਮੀਰ ਮਾਰ ਕੇ ਕੁਛ ਕਰੀ ਨਾ ਜਿੱਥੇ ਗੈਰਤ ਖਤਮ ਹੋ ਗਈ ਉੱਥੇ ਇਨਸਾਨ ਖਤਮ ਹੋ ਗਿਆ ਅਤੇ ਜਦੋਂ ਤੇਰੀ ਗੈਰਤ 'ਤੇ ਗੱਲ ਹੈ ਤਾਂ ਤੈਨੂੰ ਲੱਗੇ ਕਿ ਯਾਰ ਇਹ ਚੀਜ਼ ਵੀ ਤੇਰੇ ਪਰਸਨੈਲਿਟੀ ਨਾਲ ਤੇਰੇ ਵਿਅਕਤੀਤਵ ਨਾਲ ਮੇਚ ਨਹੀਂ ਹੁੰਦੀ ਤਾਂ ਤੂੰ ਆਪਣੀ ਮਰਜ਼ੀ ਨਾਲ ਕਰੀ ਕਿਉਂਕਿ ਤੇਰੀ ਸਲਾਹ ਕਰਦੇ ਵੀ ਸਟੋਰੀ ਨੂੰ ਲੈ ਕੇ ਵੀ ਇੱਦਾਂ ਦੀ ਕੋਈ ਸਟੋਰੀ ਮਿਲੀ ਹੈ ਮਤਲਬ ਯਾਰ ਦੇਖ ਹੁਣ ਤੱਕ ਜਿੱਥੇ ਤੱਕ ਆਇਆ ਕਦੇ ਪਲਾਨ ਨਹੀਂ ਬਹੁਤਾ ਕੁਛ ਕੀਤਾ ਜੋ ਹੁੰਦੀਆਂ ਰਹੀਆਂ ਚੀਜ਼ਾਂ ਹੁੰਦੀਆਂ ਰਹੀਆਂ ਥੀਏਟਰ ਸ਼ੁਰੂ ਕੀਤਾ ਵਿੱਚ ਬਹੁਤ ਚੀਜ਼ਾਂ ਕੀਤੀਆਂ ਟਿਊਸ਼ਨ ਪੜ੍ਹਾਉਂਦਾ ਸੀ ਬੱਚਿਆਂ ਨੂੰ SSC ਦੀ ਕੋਚਿੰਗ ਲੈਂਦਾ ਸੀਗਾ ਫੌਜ ਦੀ ਭਰਤੀ ਦੀ ਤਿਆਰੀ ਕਰਦਾ ਸੀ ਆਰਮੀ ਪੁਲਿਸ ਦੀ ਤਿਆਰੀ ਕਰਦਾ ਸੀਗਾ ਹੋਰ ਕਿੰਨਾ ਕੁਛ ਕੀਤਾ ਬਿਜ਼ਨਸ ਟਰਾਈ ਕੀਤਾ ਮੈਂ ਦੱਸਦਾ ਨਹੀਂ ਹੁੰਦਾ ਬਹੁਤ ਚੀਜ਼ਾਂ ਕੀਤੀਆਂ ਬਹੁਤ ਕੁਛ ਵੀ ਸਟਰਗਲ ਕਹਿ ਲਓ ਐਕਸਪੀਰੀਅੰਸ ਕਹਿ ਲਓ ਜਦੋਂ ਕੁਛ ਨਹੀਂ ਮੈਚ ਆਇਆ ਪਤਾ ਲੱਗ ਗਿਆ ਵੀ ਆਪਣੇ ਆਪ ਮੇਰੀ ਰੂਹ ਨੇ ਕਹਿ ਲਾਂ ਵੀ ਇੱਕ ਅੰਦਰੋਂ ਬੰਦਾ ਰਾਹ ਲੱਭਿਆ ਕਿ ਇਹ ਮੈਂ ਕਰ ਸਕਦਾ ਹਾਂ ਅਤੇ ਜੇ ਇੱਥੇ ਤੱਕ ਇਵੇਂ ਆਇਆ ਤਾਂ ਹੁਣ ਪਤਾ ਹੀ ਹੈ ਕਿ ਯਾਰ ਹੁਣ ਅੱਗੇ ਵੀ ਜਾਣਾ ਤਾਂ ਇਹ ਥੋੜ੍ਹੀ ਮੈਂ ਕੋਈ ਫਾਰਮੂਲਾ ਲਾਵਾਂਗਾ ਕਿ ਯਾਰ ਇਸ ਐਕਟਰ ਨੇ ਇੱਦਾਂ ਕੀਤਾ ਸੀ ਇਸ ਨੇ ਇੱਦਾਂ ਕੀਤਾ ਸੀ ਮੇਰਾ ਆਪਣਾ ਫਾਰਮੂਲਾ ਹੈ ਮੇਰਾ ਤੇਰੇ 'ਤੇ ਨਹੀਂ ਅਪਲਾਈ ਹੋਣਾ ਤੇਰਾ ਮੇਰੇ 'ਤੇ ਨਹੀਂ ਅਪਲਾਈ ਹੋਣਾ ਹਰ ਇੱਕ ਦਾ ਆਪਣਾ ਫਲਸਫਾ ਹੁੰਦਾ ਜ਼ਿੰਦਗੀ ਦਾ ਪਲੈਨ ਕੁਛ ਨਹੀਂ ਕਰਦਾ ਫਿਰ ਬਸ ਰੱਬ ਨੂੰ ਕਹਿੰਦਾ ਵੀ ਜੋ ਹੋਵੇ ਵਧੀਆ ਹੋਵੇ ਅੱਛਾ ਨਾ ਇਹ ਫਿਲਮ ਦੇ ਵਿੱਚ ਵੀ ਜਿੱਦਾਂ ਡਾਇਲੋਗ ਆਉਂਦਾ ਹੈ ਨਾ ਇੱਕ ਸੀਨ ਆਉਂਦਾ ਵੀ ਪੰਜਾਬ ਦੇ ਵੱਡੇ ਸਿੰਗਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਬਈ ਸਿੱਧੂ ਬਾਈ ਨਾਲ ਇਹ ਘਟਨਾ ਹੋਈ ਸੀਗੀ ਤਾਂ ਘਰ ਦੇ ਥੋੜ੍ਹਾ ਜਿਹਾ ਮਾਤਾ ਹੋਈ ਡਰੇ ਸੀਗੇ ਵੀ ਪੁੱਤ ਦੇਖ ਕੇ ਚੱਲੇ ਨਹੀਂ ਮੈਂ ਇੱਦਾਂ ਨਹੀਂ ਡਰੇ ਕਿ ਦੇਖ ਕੇ ਚੱਲੀ ਪਰ ਬਹੁਤ ਜ਼ਿਆਦਾ ਬੁਰਾ ਮਤਲਬ ਕਹਿ ਲਓ ਕਿ ਮਾਤਮ ਜਿਹਾ ਸਭ ਘਰਾਂ 'ਚ ਪੈ ਗਿਆ ਸੀ ਉਹ ਤਾਂ ਹਾਂ ਹਾਂ ਸਾਰਿਆਂ ਦੇ ਇੱਦਾਂ ਲੱਗਾ ਸੀ ਕੋਈ ਆਪਣਾ ਚੱਲ ਗਿਆ ਮਤਲਬ ਯਾਰ ਸਿੱਧੂ ਮਤਲਬ ਯਾਰ ਇੱਕ ਉਹ ਇਨਸਾਨ ਸੀ ਜਿਹੜਾ ਮਤਲਬ ਕਹਿ ਲਓ ਕਿ ਆਪਣਾ ਲੱਗਦਾ ਸੀ ਨਾ ਵੀ ਯਾਰ ਮੈਂ ਬਹੁਤ ਜ਼ਿਆਦਾ ਗਾਣੇ ਨਹੀਂ ਸੁਣਦਾ ਸੀ ਬਾਈ ਕਿਉਂਕਿ ਮੇਰਾ ਨਾ ਇੱਕ ਨਹੀਂ ਸਿੰਗਿੰਗ ਵੱਲ ਮੇਰਾ ਇੰਨਾ ਉਹ ਗਾਣੇ ਨਹੀਂ ਸੁਣਦਾ ਸੀ ਪਰ ਇੱਕ ਇੰਨਾ ਸੀ ਯਾਰ ਸਿੱਧੂ ਨੂੰ ਨਾ ਅਟੈਚਮੈਂਟ ਪਰ ਫਿਰ ਵੀ ਸਾਰਿਆਂ ਦੀ ਸੀ ਬਾਈ ਸਤਿ ਸ਼੍ਰੀ ਅਕਾਲ ਜੀ ਅਟੈਚਮੈਂਟ ਫਿਰ ਵੀ ਸਾਰਿਆਂ ਦੀ ਸੀ ਹੁਣ ਕਰਤਾਰ ਬਾਈ ਨਾਲ ਕਹਿੰਦੇ ਸੀ ਕੈਮਰੇਜ਼ ਨਹੀਂ ਨਾ ਪਤਾ ਲੱਗਣਾ ਵੀ ਸਤਿ ਸ਼੍ਰੀ ਅਕਾਲ ਕਿੰਨੇ ਲੱਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਅੱਛਾ ਬਾਈ ਨਾ ਚਲੋ ਆਪਾਂ ਗੱਲ ਕਰਦੇ ਸੀਗੇ ਬਾਈ ਹੋਰੀ ਹਾਂਜੀ ਸਿੱਧੂ ਯਾਰ ਆਪਣਾ ਲੱਗਦਾ ਸੀਗਾ ਉਹਨੂੰ ਮਿਲ ਕੇ ਉਹਦੇ ਨਾਲ ਮਿਲਿਆ ਨਹੀਂ ਕਦੇ ਮੈਂ ਪਰ ਮੈਂ ਜਿੰਨੇ ਮੇਰੇ ਦੋਸਤ ਮੇਰੇ ਬਾਅਦ 'ਚ ਦੱਸਦੇ ਸੀਗੇ ਮਿਲ ਕੇ ਕਹਿੰਦਾ ਯਾਰ ਉਹ ਬੰਦੇ ਨੇ ਇੰਨਾ ਆਪਣਾ ਆਪਣਾ ਦਿਖਾਉਣਾ ਹੁਣ ਮੈਂ ਕਹਾਣੀਆਂ ਸੁਣਦਾ ਬਾਈ ਦੀ ਹੈ ਨਾ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਪੈਸੇ ਦੇ ਤੇ ਕਿਸੇ ਨੂੰ ਇਹਦੇ ਗੱਲ ਦਾ ਤਾਂ ਜਦੋਂ ਯਾਰ ਉਹ ਸਟਾਰ ਨਹੀਂ ਸੀ ਉਹ ਪੰਜਾਬ ਦਾ ਪੁੱਤ ਸੀਗਾ ਜਦੋਂ ਕੋਈ ਆਪਣਾ ਘਰ ਦਾ ਵੀ ਆਪਣਾ ਪੁੱਤ ਕਹਿ ਲਓ ਉਹ ਜਿੰਦਾ ਕੋਲੋਂ ਤੁਰ ਜਾਂਦਾ ਹੈ ਨਾ ਅਤੇ ਇਹਨਾਂ ਚੀਜ਼ਾਂ ਕਰਕੇ ਮੈਂ ਦੇਖੋ ਇੱਕ ਹੁੰਦੀ ਹੈ ਨੈਚੁਰਲ ਡੈਥ ਉਹ ਗੱਲ ਮੈਂ ਹੋਰ ਮੰਨਦਾ ਹਾਂ
ਉਹ ਇਨਸਾਨ ਦੇ ਹੱਥ ਵਸ ਨਹੀਂ ਉਹ ਇੱਕ ਬੰਦਾ ਬਿਮਾਰ ਪਿਆ ਆਪਾਂ ਨੂੰ ਪਤਾ ਵੀ ਇਹ ਬੰਦਾ ਬਿਮਾਰ ਆ ਹਨਾ ਇਹ ਚੀਜ਼ ਹੁੰਦੀ ਹੈ ਇੱਕ ਬੰਦੇ ਦੀ ਏਜ਼ ਹੁੰਦੀ ਆ ਵੀ ਹਾਂ ਯਾਰ ਏਜ਼ ਹੋ ਗਈ ਕੁਝ ਮੈਂ ਮੰਨਦਾ ਇੱਕ ਤਾਂ ਰੱਬ ਨੇ ਸਾਨੂੰ ਚੁਣੀ ਸੀ ਮੌਤ ਦੇਣੀ ਜਿਹੜੇ ਇਨਸਾਨ ਨੇ ਖੁਦ ਦੇਣੀ ਦੇਣ ਲੱਗ ਗਏ ਨਾ ਇੱਕ ਦੂਜੇ ਨੂੰ ਬਿਲਕੁਲ ਬਿਲਕੁਲ ਇਹ ਬਹੁਤ ਮਾੜਾ ਪ੍ਰਭਾਵ ਹੈ ਇਸ ਚੀਜ਼ ਦਾ ਤੇ ਇਹ ਸਾਹਮਣੇ ਆਊਗੀ ਸਭ ਦੇ ਜਿਹਨੇ ਵੀ ਇਹ ਚੀਜ਼ ਕੀਤੀ ਹੈ ਮੈਂ ਲਿਖ ਕੇ ਦੇ ਸਕਦਾ ਕਿਉਂਕਿ ਮਤਲਬ ਯਾਰ ਤੁਸੀਂ ਗਲਤ ਕੀਤਾ ਇਹ ਨਹੀਂ ਕਰਨਾ ਸੀ ਬੰਦੇ ਨਾਲ ਯਾਰ ਉਹ ਕੀ ਵਿਗਾੜਿਆ ਉਹਨਾਂ ਤੁਹਾਡਾ ਜਾਂ ਕਿਸੇ ਨੇ ਮਾਰ ਕਿਸੇ ਨੂੰ ਮਾਰ ਦੇਣਾ ਯਾਰ ਇਹ ਤਾਂ ਤੁਹਾਡਾ ਹੱਕ ਹੀ ਨਹੀਂ ਹੈਗਾ ਰੱਬ ਨੇ ਜ਼ਿੰਦਗੀ ਦਿੱਤੀ ਹੈ ਤੁਹਾਨੂੰ ਵੀ ਰੱਬ ਨੇ ਦਿੱਤੀ ਹੈ ਉਹਨੂੰ ਵੀ ਰੱਬ ਨੇ ਦਿੱਤੀ ਆ ਖੋਣ ਦਾ ਹੱਕ ਤੁਹਾਡਾ ਨਹੀਂ ਸਿਰਫ ਉਸਦਾ ਹੀ ਹੈ ਗਲਤ ਕੀਤਾ ਉਹਦੇ ਨਾਲ ਯਾਰ ਤੇ ਹਾਂ ਬਹੁਤ ਬੁਰਾ ਲੱਗਿਆ ਬੜੇ ਦਿਨ ਕੁਝ ਸਮਝ ਨਹੀਂ ਆ ਰਿਹਾ ਸੀ ਯਾਰ ਕੀ ਹੋ ਗਿਆ ਕੀ ਹੋ ਗਿਆ ਆਪਾਂ ਇਹ ਗੱਲ ਤਾਂ ਕੀਤੀ ਹੈ ਕਿਉਂਕਿ ਇਹੀ ਗੱਲਾਂ ਫਿਲਮ ਕਹਿੰਦੀ ਆ ਆਪਣੀ ਬੈਟ ਬੰਦੇ ਬਿਲਕੁਲ ਫਿਲਮ ਚ ਆਹੀ ਦਰਦ ਹੈ ਇਹੀ ਇਹੀ ਦਰਦ ਆ ਫਿਲਮ ਦੇ ਵਿੱਚ ਅਣ ਹੋਇਆ ਦੀ ਹੈ ਨਾ ਵੀ ਜਿਹੜੀ ਮੌਤਾਂ ਹਲੇ ਆਣੀਆਂ ਨਹੀਂ ਸੀਗੀਆਂ ਜਦੋਂ ਉਹ ਆ ਗਈਆਂ ਨਾ ਤਾਂ ਕਿਵੇਂ ਉਹ ਪੁੱਤਾਂ ਦਾ ਵਿਛੋੜਾ ਮਾਵਾਂ ਨੂੰ ਪਰਿਵਾਰਾਂ ਨੂੰ ਪੰਜਾਬ ਨੂੰ ਕੀ ਕੋਈ ਫਿਲਮ ਦੇ ਵਿੱਚ ਕੋਈ ਇਦਾਂ ਦਾ ਸੀਨ ਵੀ ਹੈ ਜਿਹਨੂੰ ਵੇਖ ਕੇ ਬੜੇ ਇਮੋਸ਼ਨਲ ਹੋਏ ਹੋ ਤੁਸੀਂ ਸੈੱਟ 'ਤੇ ਹੈਗੇ ਨੇ ਯਾਰ ਬਹੁਤ ਸੀਨ ਜਿੱਥੇ ਤੁਸੀਂ ਰੂਹ ਕੰਬ ਜੂਗੀ ਤੁਹਾਡੀ ਦੇਖ ਕੇ ਯਾਰ ਸੱਚਾਈ ਸੱਚਾਈ ਪਹੁੰਚਾਉਣੀ ਬਹੁਤ ਔਖੀ ਹੈ ਅਤੇ ਸੱਚਾਈ ਨਾਲ ਰੂਬਰੂ ਹੋਣਾ ਜ਼ਰੂਰੀ ਬਹੁਤ ਹੈ ਜੇ ਤੁਸੀਂ ਸੱਚਾਈ ਨਾਲ ਨਹੀਂ ਰਹੋਗੇ ਹੱਸਣਾ ਖੇਡਣਾ ਮੈਨੂੰ ਇੱਕ ਦੋਸਤ ਕਹਿੰਦਾ ਸੀ ਕਹਿੰਦਾ ਯਾਰ ਤੁਸੀਂ ਬੜੇ ਸੀਰੀਅਸ ਰਹਿੰਦੇ ਹੋ ਉਹ ਸੀਰੀਅਸ ਹੀ ਰਹਿਣਾ ਚਾਹੀਦਾ ਯਾਰ ਗੱਲ ਸੀਰੀਅਸ ਹੀ ਕਰਨੀ ਚਾਹੀਦੀ ਇਨਸਾਨ ਨੂੰ ਜ਼ਿੰਦਗੀ ਨੂੰ ਲੈ ਕੇ ਸੀਰੀਅਸ ਨਹੀਂ ਰਹਿਣਾ ਚਾਹੀਦਾ ਕਿ ਹਾਂ ਤੁਸੀਂ ਕਿਸੇ ਨੂੰ ਮਤਲਬ ਹੱਸਣਾ ਖੇਡਣਾ ਆਪਣੀ ਜਗ੍ਹਾ ਪਰ ਜਦੋਂ ਕੋਈ ਵਿੱਚ ਗੱਲ ਵਿਚਰਨ ਦੀ ਹੋਵੇ ਨਾ ਕੋਈ ਤੁਹਾਡੇ ਆਪਣੇ ਹੱਕਾਂ ਦੀ ਗੱਲ ਹੋਵੇ ਤਾਂ ਉੱਥੇ ਸੀਰੀਅਸ ਰਹਿ ਕੇ ਹੀ ਗੱਲ ਕਰੋ ਅਸੀਂ ਇਹ ਰਾਜਨੀਤੀ ਨੂੰ ਇਹਨਾਂ ਧਰਮ ਸਿਆਸਤਾਂ ਨੂੰ ਇਹਨਾਂ ਨੂੰ ਹਲਕੇ 'ਚ ਨਹੀਂ ਲੈਣੀ ਚਾਹੀਦੀ ਗੱਲਾਂ ਇਹ ਇਹ ਗੱਲਾਂ ਸੋਚਣ ਦੀਆਂ ਹੈਗੀਆਂ ਨੇ ਕਿ ਇਹ ਗੱਲ ਜੇ ਹੋਈ ਹੈ ਅੱਜ ਕੱਲ੍ਹ ਨੂੰ ਸਾਡੇ 'ਤੇ ਵੀ ਹੋ ਸਕਦੀ ਹੈ ਗੱਲ ਯਾਰ ਬਿਲਕੁਲ ਬਿਲਕੁਲ ਤੁਸੀਂ ਅੱਜ ਨਹੀਂ ਬੋਲੋਗੇ ਚੁੱਪ ਰਹਿ ਕੇ ਸਾਰ ਦੋਗੇ ਕੱਲ੍ਹ ਨੂੰ ਹੋ ਸਕੇ ਤੁਹਾਡੇ 'ਤੇ ਗੱਲ ਆ ਜੇ ਤਾਂ ਇਹ ਗੱਲ ਫਿਲਮ ਉਹੀ ਕਰ ਰਹੀ ਹੈ ਕਿ ਗੰਭੀਰ ਗੱਲ ਕਰ ਰਹੀ ਹੈ ਬੜੀ ਮੁੱਦੇ ਦੀ ਗੱਲ ਕਰ ਰਹੀ ਹੈ ਜੋ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਇਸ ਲਈ ਨਹੀਂ ਕਿ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਮੈਂ ਫਿਲਮ 'ਚ ਹੈਗਾ ਹਾਂ ਮੈਂ ਨਾ ਵੀ ਹੁੰਦਾ ਤਾਂ ਵੀ ਮੈਂ ਦੇਖਣ ਜਾਂਦਾ ਕਿ ਯਾਰ ਵਾਈਟ ਪੰਜਾਬ ਹੈ ਕੀ ਬਿਲਕੁਲ ਕੁੜਤੇ ਤੋਂ ਕਫਨ ਤੱਕ ਦੀ ਕਹਾਣੀ ਕਿਵੇਂ ਇਹ 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 ਲਾਈਨ ਬੜੀ ਪ੍ਰਭਾਵ ਕਰਦੀ ਹੈ ਵੀ ਇਹ ਲਾਈਨ ਕਿਵੇਂ ਸੋ ਵੀਰੇ ਬਹੁਤ ਗੱਲਾਂ ਰਹਿੰਦੀਆਂ ਨੇ ਬਹੁਤ ਗੱਲਾਂ ਕੀਤੀਆਂ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸਮਾਂ ਦੇਣ ਦੇ ਲਈ ਬਾਈ ਤੇ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡਾ ਥੈਂਕ ਯੂ ਵੀਰੇ ਥੈਂਕ ਯੂ ਨਹੀਂ ਕੋਈ ਗੱਲ ਨਹੀਂ ਜੀ ਫਿਰ ਕੀ ਹੁੰਦਾ ਬਾਈ ਹੋਰੀ ਅਸੀਂ ਨਾ ਮੈਂ ਜਦੋਂ ਤੁਹਾਨੂੰ ਮਿਲਦਾ ਸੀ ਮੈਂ ਬਾਈ ਨੂੰ ਗੱਲ ਕਰਨੀ ਸੀਗੀ ਬਾਈ ਬਾਈ ਹੋਰੀ ਸਾਡੇ ਨਾਲ ਬੈਠੇ ਨੇ ਪੁਲਿਸ ਦੇ ਵਿੱਚ ਨੇ ਜਦੋਂ ਆਪਾਂ ਕਿਸੇ ਅਹੁਦੇਦਾਰ ਬੰਦੇ ਨੂੰ ਮਿਲਦੇ ਬਾਈ ਕਹਿੰਦਾ ਫਿਰ ਲੱਗਦਾ ਵੀਰੇ ਇਹ ਬੰਦਾ ਖਤਰੇ ਸ਼ਬਦ ਬਣਿਆ ਬਾਈ ਪੰਜਾਬ ਪੁਲਿਸ ਖਤਰੇ ਪੰਜਾਬ ਪੁਲਿਸ ਹਾਂ ਸਨਮਾਨ ਕੋਈ ਗੱਲ ਸੋ ਦੋਸਤੋ ਹਾਂ ਬਹੁਤ ਕਮਾਲ ਦੀ ਕਹਾਣੀ ਆ ਤੇ 13 ਤਰੀਕ ਨੂੰ ਫਿਲਮ ਨੇ ਰਿਲੀਜ਼ ਹੋਣਾ ਜੀ 13 ਅਕਤੂਬਰ ਨੂੰ ਬਹੁਤ ਕਮਾਲ ਦੀ ਕਹਾਣੀ ਆ ਬਾਈਟ ਪੰਜਾਬ ਸਾਡੇ ਪੰਜਾਬ ਦੇ ਦਰਦਾਂ ਦੀ ਕਹਾਣੀ ਆ ਸਾਡੇ ਹਰ ਘਰ ਦੀ ਕਹਾਣੀ ਆ ਜ਼ਰੂਰ ਵੇਖਿਓ ਆਪਣੇ ਬੱਚਿਆਂ ਨੂੰ ਵਿਖਾਇਓ ਤੇ ਵੇਖ ਕੇ ਤੁਸੀਂ ਕੋਈ ਚੰਗਾ ਸੁਨੇਹਾ ਲੈ ਕੇ ਜ਼ਰੂਰ ਆਉਂਗੇ ਇਸ ਫਿਲਮ ਦੇ ਵਰਲਡ ਸਿਨੇਮਾ ਡੇ ਆ ਉਸ ਦਿਨ ਤੇ ਹਾਂ ਟਿਕਟ ਵੀ ਉਸ ਦਿਨ ਸਸਤੀ ਹੈ ਵੀਰੇ ਹਨਾ ਤੇ ਇਹ ਚੀਜ਼ ਦਾ ਲਾਹਾ ਵੀ ਲੈ ਲਿਓ ਹਨਾ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਜਦੋਂ ਕੋਈ ਸਕੀਮ ਆਉਂਦੀ ਹੈ ਤਾਂ ਲਾਹਾ ਲੈ ਲੈਣਾ ਚਾਹੀਦਾ ਪਰ ਲਾਹਾ ਲੈਣ ਵਾਸਤੇ ਨਹੀਂ ਇਸ ਫਿਲਮ ਨੇ ਤੁਸੀਂ ਆਪਣਾ ਫਰਜ਼ ਸਮਝ ਕੇ ਦੇਖਣ ਜਾਇਓ ਵੀ ਅਸੀਂ ਪੰਜਾਬ ਦੇਖਣ ਜਾਂਦੇ ਹਾਂ ਕਿ ਸਾਡਾ ਪੰਜਾਬ ਕਿਹੋ ਜਿਹਾ ਕਿਹੋ ਜਿਹਾ ਸੀਗਾ ਕਿਹੋ ਜਿਹਾ ਹੋਣਾ ਚਾਹੀਦਾ ਉਹ ਇਸ ਫਿਲਮ ਦੇ ਜ਼ਰੀਏ ਸਾਨੂੰ ਵੇਖਣ ਨੂੰ ਮਿਲੂ ਥੈਂਕ ਯੂ ਬਾਈ ਥੈਂਕ ਯੂ ਵੀਰੇ